ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੁਆਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਤੁਸੀਂ ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਅਤੇ ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ, ਤੁਸੀਂ ਇਹਦੇ 'ਤੇ ਆਪਣੀ ਔਨਲਾਈਨ ਪੇਮੈਂਟ ਪਾਉਣੀ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਫ੍ਰੀ ਹੋਊਗੀ। ਜਿਹੜਾ ਵੀ ਵੀਡੀਓ ਦੀ ਟਾਈਮਿੰਗ ਹੈਗੀ ਹੈ ਜੀ ਇੰਡੀਆ ਦੇ, ਸੋਰੀ ਦੁਬਾਰਾ ਤੋਂ ਸ਼ੁਰੂ ਕਰ ਦੂੰ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਣੇ ਚੈਨਲ ਫਸਟ ਚੁਆਇਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵਿਊਅਰਸ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਅਤੇ ਜਿਹੜਾ ਸਕਰੀਨ 'ਤੇ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਆ, ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ੋਟ ਲੈਣਾ, ਇਸ ਨੰਬਰ 'ਤੇ ਵਟਸਐਪ ਕਰਨਾ, ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ, ਤੁਸੀਂ ਉਹਦੇ 'ਤੇ ਔਨਲਾਈਨ ਪੇਮੈਂਟ ਪਾਉਣੀ, ਐਡਰੈਸ ਭੇਜਣਾ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਲਓ ਜੀ, ਹੁਣ ਆਪਾਂ ਜਿਹੜੇ ਸੂਟ ਦਿਖਾਵਾਂਗੇ ਇਹਦੇ ਵਿੱਚ ਕੁਛ ਕਿਤਾਬ ਪੀਸ ਇਹੋ ਜਿਹੇ ਨੇ ਜਿਹੜੇ ਆਪਣੇ ਕੋਲ ਸਿੰਗਲ ਪੀਸ ਬਚੇ ਨੇ। ਅਤੇ ਜਿਵੇਂ ਆਹ ਸੂਟ ਹੈ, ਇਹ ਆਪਣੇ ਕੋਲ ਸਿੰਗਲ ਪੀਸ ਬਚਿਆ। ਕਈ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ, ਉਹਦੇ 'ਚੋਂ ਸਾਰੇ ਸੂਟ ਨਿਕਲ ਗਏ ਸੀ, ਸਿਰਫ ਇੱਕ ਪੀਸ ਹੈ ਜਿਹੜਾ ਆਪਣੇ ਕੋਲ ਹੈਗਾ ਹੁਣ, ਇਹ ਵਾਲਾ ਪੀਸ ਹੈ। ਬਿਲਕੁਲ ਪਿਓਰ ਕੋਟਨ ਦਾ ਸੂਟ ਹੈ, ਬਿਲਕੁਲ ਪਿਓਰ ਕੋਟਨ, ਬਹੁਤ ਸੋਹਣਾ ਸੂਟ ਹੈ, ਕਲਰ ਬਹੁਤ ਸੋਹਣਾ। ਅਤੇ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਹੈ ਜੀ, ਉਹ ਮਿਲੂਗੀ ਤੁਹਾਨੂੰ ਵਰਕ ਵਾਲੀ, ਆ ਲਓ ਪੈਚ ਵਰਕ ਲੱਗਿਆ ਹੋਇਆ। ਅਤੇ ਪ੍ਰਿੰਟਡ ਜੀ, ਨੈਗੇਟਿਵ ਪ੍ਰਿੰਟ ਦੀ ਸਲਵਾਰ ਹੈਗੀ ਹੈ, ਕਾਫੀ ਸੋਹਣਾ ਕੰਮ ਹੋਇਆ ਹੋਇਆ ਸਲਵਾਰ 'ਤੇ। ਅਤੇ ਨਾਲ ਇਹਦੇ ਦੁਪੱਟਾ ਹੈਗਾ ਇਹ ਵਾਲਾ ਕੋਟੇ ਦਾ 2.25 ਮੀਟਰ ਦੁਪੱਟਾ ਨਾਲ ਹੋਇਆ ਹੋਇਆ, ਅਤੇ ਕੱਟ ਵਰਕ ਇਸ ਤਰ੍ਹਾਂ, ਅਤੇ ਸੋਫਟ ਕੋਟਾ, ਬਿਲਕੁਲ ਸੋਫਟ ਕੋਟਾ, ਕੋਈ ਮਿਲਾਵਟ ਨਹੀਂ ਹੈ ਇਹਦੇ ਵਿੱਚ, ਸਿੰਥੈਟਿਕ ਕੋਟਾ ਨਹੀਂ ਹੈਗਾ, ਬਿਲਕੁਲ ਸੋਫਟ ਕੋਟਾ। ਅਤੇ 1350 ਰੁਪਏ ਦੇ ਵਿੱਚ ਲਾਸਟ ਪੀਸ ਹੈ ਜੀ ਆਪਣੇ ਕੋਲ, ਇਹ ਬਸ ਇੱਕੋ ਹੀ ਸਿੰਗਲ। ਹੋਰ ਜਿਹੜੇ ਸਿੰਗਲ ਪੀਸ ਨੇ ਉਹ ਦਿਖਾ ਦਿੰਦੀ ਹਾਂ ਪਹਿਲਾਂ ਮੈਂ ਤੁਹਾਨੂੰ। ਲਓ ਜੀ, ਇਹ ਵੀ ਆਪਣੇ ਕੋਲ ਇਕੱਲਾ ਹੀ ਪੀਸ ਹੈ, ਇੱਕੋ ਹੀ, ਬਹੁਤ ਸੋਹਣਾ ਸੂਟ ਹੈ ਵੈਸੇ, ਕੋਟਨ ਬਹੁਤ ਵਧੀਆ, ਜਿਵੇਂ ਮਰਜ਼ੀ ਲਓ ਤੁਸੀਂ, ਐਨ ਟੈਨਸ਼ਨ ਫ੍ਰੀ ਹੋ ਕੇ ਲੈ ਸਕਦੇ ਹੋ ਅਤੇ ਹੰਢਾ ਸਕਦੇ ਹੋ ਇਹਨੂੰ, ਬਹੁਤ ਸੋਹਣਾ ਪਿਆਰਾ ਸੂਟ ਹੈ, ਕਲਰ ਵੀ ਪਿਆਰਾ ਹੈ ਅਤੇ ਪ੍ਰਿੰਟ ਵੀ ਬਹੁਤ ਸੋਹਣਾ ਲਓ, ਠੀਕ ਹੈ ਜੀ। ਅਤੇ ਇਹ ਹੈਗੀ ਇਹਦੇ ਨੀਚੇ ਪੱਟੀ ਲੱਗੀ ਹੋਈ ਹੈ, ਇਸ ਤਰ੍ਹਾਂ ਲੇਸ ਲੱਗੀ ਹੋਈ ਹੈ, ਫਿਨਿਸ਼ਿੰਗ ਦਿੱਤੀ ਹੋਈ ਹੈ, ਕਾਫੀ ਜ਼ਿਆਦਾ ਸੋਹਣਾ ਸੂਟ ਲੱਗਦਾ ਇਹ। ਅਤੇ ਇਹਦੇ ਨਾਲ ਰਹੂਗੀ 2.5 ਮੀਟਰ ਦੀ ਇਹ ਵਾਲੀ ਸਲਵਾਰ, ਠੀਕ ਹੈ ਜੀ। ਅਤੇ ਇਹ ਹੈ ਇਹਦੇ ਨਾਲ ਦੁਪੱਟਾ, ਇਹਦਾ ਦੁਪੱਟਾ ਬਹੁਤ ਸੋਹਣਾ, ਸ਼ਿਫੋਨ ਦੇ ਵਿੱਚ ਹੈ, ਪਰ 4 ਸਾਈਡ ਇਹਦੇ ਇਸ ਤਰ੍ਹਾਂ ਪੱਟੀ ਲੱਗੀ ਹੋਈ ਆ, ਔਰ ਸ਼ਰਟ ਦੇ ਨਾਲ ਲਾ ਕੇ ਪੱਟੀ ਲੱਗੀ ਆ, ਨਾਲ ਲੇਸ ਦੀ ਫਿਨਿਸ਼ਿੰਗ ਵੀ ਦਿੱਤੀ ਹੋਈ ਹੈ। ਅਤੇ ਲਗਭਗ 2.25 ਤੋਂ ਜ਼ਿਆਦਾ ਦੁਪੱਟਾ ਮਿਲੂਗਾ, 2.40 ਤੱਕ ਹੋਊਗਾ, ਠੀਕ ਹੈ ਜੀ। ਇਹ ਸੂਟ ਆ ਪਹਿਲਾਂ 1200 ਕਿ 1250 ਕੁਛ ਇਸ ਤਰ੍ਹਾਂ 1200 ਦੇ ਦਿੱਤੇ ਸੀ ਮੇਰੇ ਖਿਆਲ, ਪਰ ਹੁਣ ਇਹ ਬਿਲਕੁਲ ਹੀ ਲੈਸ 'ਤੇ ਜਾ ਰਿਹਾ, 1000 ਰੁਪਏ ਦੇ ਵਿੱਚ ਇਹ ਸੂਟ ਮਿਲ ਜੂਗਾ ਤੁਹਾਨੂੰ, ਸ਼ਿਪਿੰਗ ਚਾਰਜਸ ਕੋਈ ਨਹੀਂ ਦੇਣੇ। ਲਓ ਜੀ, ਇਹਦੇ ਨਾਲ ਦੇ ਕਾਫੀ ਸਾਰੇ ਸੂਟ ਆਪਣੇ ਕੋਲੋਂ ਨਿਕਲ ਚੁੱਕੇ ਨੇ, ਬਸ ਸਿੰਗਲ ਪੀਸ ਲਾਸਟ ਵਾਲਾ। ਆ ਲਓ, ਨੇਵੀ ਬਲੂ ਕਲਰ ਹੈ, ਲਓ ਬਹੁਤ ਪਿਆਰਾ ਕਲਰ ਹੈ, ਬਹੁਤ ਸੋਹਣਾ ਪ੍ਰਿੰਟ ਹੈ, ਕੋਟਨ ਬਹੁਤ ਜ਼ਿਆਦਾ ਸੋਹਣੀ ਹੈ, ਠੀਕ ਹੈ ਜੀ, ਬਹੁਤ ਹੀ ਪਿਆਰੀ ਕੋਟਨ ਹੈ। ਅਤੇ ਇਹ ਹੈ ਜੀ ਇਹਦੇ ਨਾਲ ਸਲਵਾਰ, ਸਲਵਾਰ ਵੀ ਹੈਗੀ ਹੈ ਇਸ ਤਰ੍ਹਾਂ ਨੈਗੇਟਿਵ ਪ੍ਰਿੰਟ ਦੀ, ਔਰ ਇਹਦੇ 'ਤੇ ਇਸ ਤਰ੍ਹਾਂ ਹੋਇਆ ਹੋਇਆ ਪੈਚ ਵਰਕ, ਬਹੁਤ ਪਿਆਰਾ ਜਿਹਾ ਪੈਚ ਵਰਕ ਹੋਇਆ, ਬਹੁਤ ਸੋਹਣਾ ਸੂਟ ਹੈ। ਅਤੇ ਨਾਲ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਕੋਟੇ ਦਾ ਟਾਈ ਅੰਡਾਈ ਦਾ ਦੁਪੱਟਾ, ਦੁਪੱਟਾ ਖੋਲ ਕੇ ਦਿਖਾਉਂਦੇ ਹਾਂ,
ਲਓ ਜੀ, ਬਹੁਤ ਸੋਹਣਾ ਦੁਪੱਟਾ ਹੈ। ਦੁਪੱਟੇ ਦੀ ਨਾ ਡਿਜ਼ਾਇਨਿੰਗ ਬਹੁਤ ਪਿਆਰੀ ਆ, ਦੇਖੋ ਵਿਚਕਾਰੋਂ ਇਹ ਇਸ ਤਰ੍ਹਾਂ ਦਾ, ਠੀਕ ਹੈ ਜੀ, ਅਤੇ ਇੱਧਰੋਂ ਇਹ ਇਸ ਤਰ੍ਹਾਂ ਦਾ, ਦੋਨਾਂ ਪੱਲਿਆਂ ਤੋਂ ਇੱਦਾਂ ਮਿਲੂਗਾ ਤੁਹਾਨੂੰ। ਅਤੇ ਦੁਪੱਟਾ ਕਾਫੀ ਲੰਬਾ ਚੌੜਾ ਹੈਗਾ, ਲਗਭਗ 250 ਹੈ, ਥੋੜ੍ਹਾ ਬਹੁਤਾ ਭਾਵੇਂ ਘੱਟ ਹੋਵੇ। ਬਹੁਤ ਸੋਹਣਾ ਸੂਟ ਹੈ, ਇਹਦੀ ਪ੍ਰਾਈਸ ਹੋਊਗੀ 1400 ਰੁਪਏ, ਡਿਸਕਾਊਂਟ 'ਤੇ ਹੈ ਜੀ ਇਹ ਵੀ 1400। ਲਓ ਜੀ, ਉਹ ਤਾਂ ਸੀਗੇ ਆਪਣੇ ਕੋਲ ਸਿੰਗਲ ਸਿੰਗਲ ਪੀਸ, ਅਤੇ ਆਹ ਵੀ ਦਿਖਾ ਦਾਂ, ਇਹ ਵੀ ਆਪਣੇ ਕੋਲ ਇੱਕ ਪੀਸ ਹੈ ਸਿੰਗਲ ਪੀਸ, ਠੀਕ ਹੈ ਜੀ, ਫਿਰੋਜ਼ੀ ਕਲਰ ਹੈ। ਆ ਲਓ, 2.5 ਮੀਟਰ ਦਾ ਪੀਸ, ਅਤੇ ਬ੍ਰੈਂਡ ਹੈਗਾ ਇਹਦਾ ਰੀਵਾ, ਠੀਕ ਹੈ ਜੀ, ਰੀਵਾ ਬ੍ਰੈਂਡ ਦੀ ਲਿਲਨ ਕੋਟਨ। ਆ ਲਓ, ਬਹੁਤ ਪਿਆਰਾ ਜਿਹਾ ਸੂਟ ਹੈ, ਰੀਵਾ ਬ੍ਰੈਂਡ ਦੀ ਲਿਲਨ ਕੋਟਨ, ਫਿਰੋਜ਼ੀ ਕਲਰ, ਕਲਰ ਬਹੁਤ ਜ਼ਿਆਦਾ ਪਿਆਰਾ ਹੈ, ਇੱਕੋ ਹੀ ਪੀਸ ਹੈ ਆਪਣੇ ਕੋਲ। ਲਓ ਜੀ, ਪ੍ਰਿੰਟ ਅੱਜ ਕੱਲ੍ਹ ਇਹ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗਾ, ਅਤੇ ਲਿਲਨ ਕੋਟਨ ਦਾ ਸ਼ਰਟ ਹੈਗਾ, ਅਤੇ ਕੋਟਨ ਦੀ ਸਲਵਾਰ ਹੈਗੀ ਹੈ, ਅਤੇ ਬ੍ਰੈਂਡ ਇਹਦਾ ਹੈਗਾ ਜੀ ਰੀਵਾ, ਠੀਕ ਹੈ ਜੀ। 1100 ਦੇ ਵਿੱਚ ਮਿਲੂਗਾ ਇਹ ਸੂਟ ਤੁਹਾਨੂੰ, ਪਹਿਲਾਂ ਆਪਾਂ ਇਹ 1200-1250 ਕੁਛ ਇਸ ਤਰ੍ਹਾਂ ਦਿੱਤੇ ਸੀਗੇ ਇਹ, ਅਤੇ ਹੁਣ ਇਹ ਡਿਸਕਾਊਂਟ 'ਤੇ ਤੁਹਾਨੂੰ ਮਿਲ ਰਿਹਾ, ਸਿੰਗਲ ਪੀਸ ਹੈ, ਇਹ ਵੀ ਆਪਣੇ ਕੋਲ ਸਿੰਗਲ ਪੀਸ ਹੈ, ਅਤੇ ਨਾਲ ਦਾ ਹੀ ਹੈਗਾ ਪ੍ਰਿੰਟ, ਪਰ ਮਸਟਰਡ ਕਲਰ ਹੈ। ਹਾਂ, ਕਲਰ ਇਹਦੇ ਵਿੱਚ ਇਹ ਵਾਲਾ ਮਿਲੂਗਾ ਮਸਟਰਡ ਕਲਰ। ਲਓ ਜੀ, ਰੀਵਾ ਦੀ ਲਿਲਨ ਕੋਟਨ, ਫਾਈਨ ਲਿਲਨ ਕੋਟਨ, ਇੱਥੇ ਸਾਈਡ 'ਤੇ ਸਟੈਂਪ ਵੀ ਮਿਲੂਗੀ ਤੁਹਾਨੂੰ ਇਹਦੀ, ਬਹੁਤ ਪਿਆਰਾ ਸੂਟ ਹੈ। ਅਤੇ ਇਹ ਹੈ ਜੀ ਇਹਦੀ ਸਲਵਾਰ, ਸਲਵਾਰ ਵੀ ਸੈਲਫ ਪ੍ਰਿੰਟ ਹੈਗੀ ਹੈ, ਠੀਕ ਹੈ ਜੀ, ਅਤੇ ਪ੍ਰਾਈਸ ਰਹੂਗੀ 1100 ਰੁਪਏ। ਲਓ ਜੀ, ਇਹ ਵੀ ਹੈ, ਇੱਕ ਇਹ ਆਪਣੇ ਕੋਲ ਲਾਸਟ ਪੀਸ, ਇਹਦੇ ਨਾਲ ਦੇ ਆਪਣੇ 4 ਪੀਸ ਸੀਗੇ, ਇਹ ਬਸ ਲਾਸਟ ਪੀਸ ਬਚਿਆ ਹੁਣ ਆਪਣੇ ਕੋਲ, ਅਤੇ ਤੁਸੀਂ ਇਹਨੂੰ ਆਪਾਂ ਹੋਰ ਵੀ ਡਿਸਕਾਊਂਟ 'ਤੇ ਲਾ ਰਹੇ ਹਾਂ, ਪਹਿਲਾਂ 1100-1150 ਦਿੱਤੇ ਸੀ, ਅੱਜ ਇਹ ਤੁਹਾਨੂੰ 1050 ਦਾ ਮਿਲ ਰਿਹਾ। ਕਲਰ ਬਹੁਤ ਪਿਆਰਾ ਹੈ, ਹਾਂ ਬਹੁਤ ਸੋਹਣਾ ਕਲਰ, ਠੀਕ ਹੈ ਜੀ। ਇਹ ਆਜੂਗਾ ਤੁਹਾਡੇ ਗਲੇ 'ਤੇ, ਇੱਥੋਂ ਗਲਾ ਕੱਟਿਆ ਜਾਊਗਾ, ਨੀਚੇ ਤੁਹਾਨੂੰ ਇਸ ਤਰ੍ਹਾਂ ਦਾ ਇਹ ਘੇਰਾ ਮਿਲ ਜੂਗਾ, ਇਹ ਵਾਲਾ, ਠੀਕ ਹੈ ਜੀ, ਅਤੇ ਇਹ ਵਾਲਾ ਮਿਲ ਜੂਗਾ ਤੁਹਾਨੂੰ ਬਾਜੂ ਦਾ, ਇੱਦਾਂ ਕਰਕੇ ਡਿਜ਼ਾਇਨਿੰਗ। ਕਲਰ ਬਹੁਤ ਪਿਆਰਾ, ਲੇਲਨ ਕੋਟਨ ਹੈਗੀ ਹੈ ਜੀ, ਇਹ ਕਾਫੀ ਜ਼ਿਆਦਾ ਸੋਹਣਾ ਸਟੱਫ ਹੈਗਾ, ਅਤੇ ਇਹ ਮਿਲੂਗਾ ਇਹਦੇ ਨਾਲ ਦੁਪੱਟਾ, ਦੁਪੱਟਾ ਆਪਾਂ ਪੂਰਾ ਨਹੀਂ ਖੋਲਦੇ, ਚਲੋ ਖੋਲਣਾ ਹੀ ਪਊਗਾ ਮੇਰਾ ਖਿਆਲ ਹੈ। ਆ ਲਓ ਜੀ, 2.25 ਮੀਟਰ ਦੁਪੱਟਾ ਮਿਲੂਗਾ ਜੀ, 2.5 ਨਹੀਂ ਹੈਗਾ, 2.25 ਮੀਟਰ, ਅਤੇ ਪਿਓਰ ਦੇ ਵਿੱਚ ਦੁਪੱਟਾ ਹੈਗਾ, ਕਾਫੀ ਸੋਹਣਾ ਸੂਟ ਹੈ। ਲਓ ਜੀ, ਅਗਲਾ ਸੂਟ, ਇੱਕ ਸੂਟ ਹੋਰ ਹੈ ਜਿਹੜਾ ਆਪਣੇ ਕੋਲ, ਟੈਬੀ ਦਾ ਸਿੰਗਲ ਪੀਸ, ਪਹਿਲਾਂ ਵੀ ਆਪਾਂ ਇਹ ਦਿੱਤੇ ਨੇ, ਬਸ ਇਹ ਆਪਣੇ ਕੋਲ ਲਾਸਟ ਪੀਸ ਹੈ ਟੈਬੀ ਦਾ, ਟੈਬੀ ਲਾਈਨਿੰਗ, ਬਹੁਤ ਸੋਹਣਾ ਪੀਸ ਹੈ, ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਇਹ, ਕਲਰ ਬਹੁਤ ਸਰਦਾਰੀ ਲੁੱਕ ਦਾ ਸੂਟ ਹੈ। ਲਓ ਜੀ, ਇਹ ਹੈਗੀ ਇਹਦੀ ਪ੍ਰਿੰਟਿੰਗ, ਦੇਖੋ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਹਦੀ, ਬੜੀ ਜ਼ਬਰਦਸਤ ਪ੍ਰਿੰਟਿੰਗ ਹੈ, ਅਤੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਵੀ ਦਿੰਦੀ ਹਾਂ, ਬਹੁਤ ਸੋਹਣਾ ਸੂਟ ਹੈ। ਲਓ, ਠੀਕ ਹੈ ਜੀ, ਅਤੇ ਇਹ ਮਿਲੂਗਾ ਜੀ ਇਹਦੇ ਨਾਲ, ਇਹ ਮਿਲੂਗੀ ਸਲਵਾਰ, ਸਲਵਾਰ 2.5 ਤੋਂ ਜ਼ਿਆਦਾ ਮਿਲੂਗੀ, ਅਤੇ ਸਲਵਾਰ ਹੈਗੀ ਹੈ ਕਾਫੀ ਜ਼ਿਆਦਾ ਸੋਹਣਾ ਸਟੱਫ ਹੈਗਾ ਸਲਵਾਰ ਦਾ, ਮੈਨੂੰ ਤਾਂ ਲੱਗਦਾ ਇਹ ਮਸਲੀਨ ਵਰਗਾ ਹੀ ਲਿਆ, ਪਰ ਬੜਾ ਜ਼ਿਆਦਾ ਸੋਹਣਾ ਸਟੱਫ ਹੈਗਾ, ਸੋਫਟ ਐਨ ਮਲਾਈ ਵਰਗਾ ਪਿਆ, ਬਹੁਤ ਹੀ ਪਿਆਰਾ ਜਿਹਾ ਸਲਵਾਰ ਦਾ ਪੀਸ ਹੈ, ਅਤੇ ਬਹੁਤ ਹੀ ਪਿਆਰਾ ਜਿਹਾ ਸ਼ਰਟ ਦਾ ਪੀਸ ਹੈ, ਠੀਕ ਹੈ ਜੀ, ਅਤੇ ਨਾਲ ਮਿਲੂਗਾ ਇਹ ਵਾਲਾ ਤੁਹਾਨੂੰ ਦੁਪੱਟਾ। ਆ ਲਓ, ਬਹੁਤ ਲਸ਼ ਲਸ਼ ਕਰਦਾ ਸੂਟ ਹੈ, ਟੈਬੀ ਲਾਈਨਿੰਗ ਦਾ ਹੀ ਦੁਪੱਟਾ ਮਿਲੂਗਾ ਜੀ, ਟੈਬੀ ਲਾਈਨਿੰਗ ਦੀ ਮਿਲੂਗੀ ਤੁਹਾਨੂੰ ਸ਼ਰਟ,
ਤੇ ਮਸਲੀਨ ਫਾਈਨ ਮਸਲੀਨ ਦੀ ਮਿਲੂਗੀ ਤੁਹਾਨੂੰ ਸਲਵਾਰ ਵਿੱਚ ਕਾਰੋਂ ਦੇਖ ਲਓ ਇਸ ਤਰ੍ਹਾਂ ਨੈਗੇਟਿਵ ਪ੍ਰਿੰਟਿੰਗ ਹੈਗੀ ਹੈ ਅਤੇ ਇਹ ਹੈਗਾ ਜੀ ਇਹਦੇ ਪੱਲਿਆਂ ਦੀ ਪ੍ਰਿੰਟ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਮਿਲੂਗੀ 2075 ਦੇ ਵਿੱਚ ਬਹੁਤ ਪਿਆਰਾ ਜਿਹਾ ਸੂਟ ਟੈਬੀ ਲਾਈਨਿੰਗ ਦਾ ਤੁਹਾਨੂੰ ਮਿਲਣ ਵਾਲਾ ਅਤੇ ਅੱਜ ਕੱਲ੍ਹ ਇਹ ਟੈਬੀ ਦਾ ਹੀ ਬੋਲਬਾਲਾ ਹੈਗਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈਗੀ ਹੈ ਅਤੇ ਮੈਨੂੰ ਵੀ ਇਹ ਸੂਟ ਸਵਾਉਣਾ ਪੈਣਾ ਲਓ ਜੀ ਬਹੁਤ ਸੋਹਣਾ ਸੂਟ ਹੈ ਅਤੇ ਉਹਦੇ ਅਕੋਰਡਿੰਗਲੀ ਪ੍ਰਾਈਸ ਕੁਛ ਵੀ ਨਹੀਂ ਹੈਗੀ ਇਹ ਵੀ ਆਪਣੇ ਕੋਲ ਅੱਜ ਸਿੰਗਲ ਪੀਸ ਹੈ ਕਲਰ ਬਹੁਤ ਸੋਹਣਾ ਇਹ ਹੈ ਸਲਵਾਰ ਦੇਖ ਲਓ ਪਹਿਲਾਂ ਤੁਸੀਂ ਇਹਦੇ ਨਾਲ ਦੇ ਕਾਫੀ ਸਾਰੇ ਸੂਟ ਆਪਾਂ ਦਿੱਤੇ ਨੇ ਇਹ ਮਿਲੂਗੀ ਕੋਟਨ ਦੀ ਤੁਹਾਨੂੰ ਸਲਵਾਰ ਵਿੱਚੋਂ ਜਾਲੀ ਜੀ ਬਣੀ ਹੋਈ ਆ ਆਹ ਬਿਲਕੁਲ ਕੋਟਨ ਅਤੇ ਨੈਗੇਟਿਵ ਪ੍ਰਿੰਟ ਠੀਕ ਹੈ ਜੀ ਅਤੇ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਸ਼ਰਟ ਇਹ ਹੈਗਾ ਇਹਦਾ ਸ਼ਰਟ ਅਤੇ ਜਿਹੜਾ ਘੇਰਾ ਹੈਗਾ ਉਹ ਮੈਂ ਦੱਸ ਦਿੰਦੀ ਹਾਂ ਤੁਹਾਨੂੰ ਕਿੰਨਾ ਹੋਊਗਾ ਘੇਰਾ ਤਾਂ ਇਹੀ ਹੈ ਜੀ ਇਹਦਾ ਇੱਦਾਂ ਕਰਕੇ ਠੀਕ ਹੈ ਜੀ ਇਹ ਵਾਲੀ ਪ੍ਰਿੰਟਿੰਗ ਅਤੇ ਇਹ ਵਾਲੀ ਡਿਜ਼ਾਇਨਿੰਗ ਹੈਗੀ ਹੈ ਅਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਹੈਗਾ ਕੋਟੇ ਦਾ ਅਤੇ ਇਹ ਵਾਲਾ ਵਰਕ ਹੋਇਆ ਹੋਇਆ ਇਹਦੇ 'ਤੇ ਕੋਟੇ ਦੇ ਦੁਪੱਟੇ 'ਤੇ ਬਹੁਤ ਜ਼ਿਆਦਾ ਸੋਫਟ ਕੋਟਾ ਬਿਲਕੁਲ ਆਕੜਿਆ ਹੋਇਆ ਕੋਟਾ ਨਹੀਂ ਮਿਲੂਗਾ ਤੁਹਾਨੂੰ ਬਹੁਤ ਜ਼ਿਆਦਾ ਸੋਫਟ ਕੋਟਾ ਮਿਲੂਗਾ ਠੀਕ ਹੈ ਜੀ ਅਤੇ ਇਹ ਸੂਟ ਆ ਜਿਹੜਾ ਇਹਦੀ ਪ੍ਰਾਈਸ ਆਪਾਂ ਇਹ 1650-1600 ਦੇ ਦਿੱਤੇ ਸੀਗੇ ਪਹਿਲਾਂ ਪਰ ਅੱਜ ਇਹ ਸੂਟ ਤੁਹਾਨੂੰ 1550 ਦੇ ਵਿੱਚ ਮਿਲ ਰਿਹਾ ਅੱਗੇ ਹੈਗੇ ਆਪਣੇ ਕੋਲ ਰਾਮਟੈਕਸ ਦੇ ਸੂਟ ਨੇ ਸਲਵਾਰ ਵਰਕ ਦੇ ਸੂਟ ਹੈ ਕਾਫੀ ਜ਼ਿਆਦਾ ਪਿਆਰੇ ਨੇ ਸੂਟ ਲਓ ਜੀ ਅਤੇ ਇਹ ਤਾਂ ਹੈ ਜੀ ਇਹਦੀ ਸਲਵਾਰ ਸਲਵਾਰ 'ਤੇ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਅਤੇ ਕਲਰ ਹੈਗਾ ਥੋੜ੍ਹਾ ਜਿਹਾ ਮੈਨੂੰ ਗ੍ਰੇ ਜਿਹਾ ਹੀ ਲੱਗ ਰਿਹਾ ਗ੍ਰੇ ਜਿਹਾ ਟੱਚ ਹੈਗਾ ਇਹਦੇ ਵਿੱਚ ਅਤੇ ਬਹੁਤ ਸੋਹਣਾ ਪ੍ਰਿੰਟ ਹੈ ਆਹ ਦੇਖੋ ਬਹੁਤ ਪਿਆਰਾ ਪ੍ਰਿੰਟ ਠੀਕ ਹੈ ਜੀ ਇਹ ਵਾਲੀ ਹੈਗੀ ਇਹਦੀ ਪ੍ਰਿੰਟਿੰਗ ਆਹ ਦੇਖੋ ਮੋਰਨਿੰਗਾਂ ਬਣੀਆਂ ਹੋਈਆਂ ਨੇ ਇਹਦੇ 'ਤੇ ਬਹੁਤ ਸੋਹਣਾ ਲੱਗਦਾ ਇਹ ਸੂਟ ਬਹੁਤ ਸੋਹਣਾ ਪ੍ਰਿੰਟ ਹੈ ਅਤੇ ਰਾਮਟੈਕਸ ਦੀ ਗਲਿਸ ਕੋਟਨ ਬਹੁਤ ਪਿਆਰਾ ਸੂਟ ਅਤੇ ਨਾਲ ਇਹ ਹੈਗੀ ਇਹਦੇ ਸਲਵਾਰ ਠੀਕ ਹੈ ਜੀ ਸਲਵਾਰ 'ਤੇ ਬਹੁਤ ਸੋਹਣਾ ਜਿਹਾ ਵਰਕ ਹੋਇਆ ਵੇ ਅਤੇ ਪ੍ਰਾਈਸ ਇਹਨਾਂ ਸੂਟਾਂ ਦੀ ਹੁਣ ਰਹਿ ਗਈ 1250 ਸਿਰਫ 1250 ਦੇ ਵਿੱਚ ਹੁਣ ਤੁਹਾਨੂੰ ਇਹ ਸਲਵਾਰ ਵਰਕ ਦੇ ਸੂਟ ਡਿਸਕਾਊਂਟ 'ਤੇ ਮਿਲ ਰਹੇ ਨੇ ਲਓ ਜੀ ਨੈਕਸਟ ਹੈਗਾ ਇਹ ਵਾਲਾ ਸੂਟ ਬਹੁਤ ਪਿਆਰਾ ਹੈ ਵੀ ਬਿਲਕੁਲ ਕੋਟਨ ਦਾ ਇਹ ਗਲੇਸ ਕੋਟਨ ਦਾ ਸੂਟ ਨਹੀਂ ਹੈਗਾ ਇਹ ਰਾਮਟੈਕਸ ਦੀ ਕੋਟਨ ਦਾ ਸੂਟ ਹੈ ਠੀਕ ਹੈ ਜੀ ਅਤੇ ਪ੍ਰਿੰਟਡ ਹੈਗਾ ਸ਼ਰਟ ਇਹਦਾ ਅਤੇ ਸਲਵਾਰ ਹੈਗੀ ਡੋਟਸ ਵਾਲੀ ਆ ਲਓ ਡੋਟਸ ਵਾਲੀ ਸਲਵਾਰ ਅਤੇ ਇਹ ਵਾਲਾ ਸਲਵਾਰ ਦੇ ਉੱਪਰ ਹੋਇਆ ਹੋਇਆ ਵਰਕ ਬੜਾ ਹੀ ਸਰਦਾਰੀ ਜਿਹਾ ਵਰਕ ਹੋਇਆ ਬਹੁਤ ਸੋਹਣਾ ਸੂਟ ਲੱਗਦਾ ਇਹ ਅਤੇ ਜਦੋਂ ਬਣਨਾ ਇਹਨੇ ਬਹੁਤ ਪਿਆਰਾ ਲੱਗਣਾ ਸੂਟ ਜਦੋਂ ਪਾਓਗੇ ਤੁਸੀਂ ਠੀਕ ਹੈ ਜੀ ਅਗਲਾ ਸੂਟ ਇਹ ਹੈਗਾ ਜੀ ਲੀਲਨ ਕੋਟਨ ਰਾਮਟੈਕਸ ਦੀ ਲੀਲਨ ਕੋਟਨ ਬਹੁਤ ਪਿਆਰਾ ਸੂਟ ਹੈ ਵੀ ਲਓ ਪ੍ਰਿੰਟਿੰਗ ਬਹੁਤ ਅੱਛੀ ਹੈ ਇਸ ਤਰ੍ਹਾਂ ਆਊਗੀ ਇਹਦੀ ਪ੍ਰਿੰਟਿੰਗ ਇਸ ਤਰ੍ਹਾਂ ਦਾ ਲਓ ਜੀ ਇੱਦਾਂ ਪ੍ਰਿੰਟਿੰਗ ਹੈ ਇਹਦੀ ਅਤੇ ਇਹ ਹੈ ਇਹਦੇ ਨਾਲ ਸਲਵਾਰ ਸਲਵਾਰ ਹੈਗੀ ਸੈਲਫ ਪ੍ਰਿੰਟ ਦੀ ਲਓ ਜੀ ਸੈਲਫ ਪ੍ਰਿੰਟ ਦੀ ਅਨੀਅਨ ਜੇ ਸ਼ੇਡ ਦੀ ਹੈਗੀ ਸਲਵਾਰ ਅਤੇ ਉਹਦੇ 'ਤੇ ਇੱਦਾਂ ਦਾ ਹੋਇਆ ਹੋਇਆ ਵਰਕ ਠੀਕ ਹੈ ਜੀ ਤਿੰਨਾਂ ਸੂਟਾਂ ਦੀ ਪ੍ਰਾਈਸ ਰਹੂਗੀ 1250-1200 ਬਹੁਤ ਪਿਆਰੇ ਸੂਟ ਨੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ